हुन ट्रक चलाना सीख के करो कमाईया। 2020 CDL ड्राइविंग स्कूल फ्रेडरिक्सबर्ग वर्जीनिया विखे जिथे CDL क्लास ए बी ते पी दी ट्रेनिंग कार्स बसेस बॉक्स ट्रक कमर्शियल ट्रैक्टर ट्रेलर भी चलाने सिखाए जांदे ने। इथे ना सिर्फ पंजाबी हिंदी अंग्रेजी उर्दू ते स्पेनिश विच गलबात करन दी सहूलत है सगो रहायश दा भी प्रबंध है। अज ही संपर्क करो सनी नू 540-656-09-85 ते। सो ब्रेक तो बाद तुहाडा स्वागत है जी। इस वक्त मेरे नाल जयजीत सिंह जौहल जिन्हां नूं खास करके जोजो दे नाम नाल जाणिया जांदा ते अज केजरीवाल साहब आए। केजरीवाल साहब एक चीज़ तो जरूर खट गए, हुण इलैक्शन की खट के जांदे ने उह वक्खरी गल आ, पर जयजीत सिंह जौहल कहिंदे कि मैं उन्हां ते माण हानि दा दावा करूँगा। जयजीत जी सति श्री अकाल। जयजीत जी अज वे सुन रहा सी मैं जदों केजरीवाल साहब बोल रहे सी तुहाडा नाम बड़ा विशेष तौर ते लै रहे सी। हाँ जी, सेल टैक्स भी सुनिया, वैट भी सुनिया, इनकम टैक्स भी सुनिया, बड़ा कुछ सुनिया। उन्होंने एक एक नवे टैक्स की चर्चा की है, वह नवा टैक्स वो कहिंदे जी एक जोजो टैक्स है। खिलाफ मानहानी का केस दायर किया सी, ओदी अज तरीक सी जी। अच्छा जी। ते ओ मैं तरीक अटेंड करके ते वकीलां कोल ही बैठा सीगा ते दुपहर जी हो गई सी, ओ कहिंदे जी वी हुण एक केजरीवाल साहब ये बोलते तो बजाय कि उन्होंने कहने से मैं कोई रिएक्शन कर दा, मैं पहला सारा उन्होंने स्पीच सुनी जी उन्होंने की किया एंड फिर मैं ट्वीट करता एंड सिटिंग विद माय लॉयर्स आई टोल्ड देम कि ए मैं केस करना चाहना ते तुसी राय दो, कहने आपा मंडे फाइल कर देंगे। मैं इमीडिएटली ट्वीट करती एंड जिहड़ा मैं वर्ड यूज किया वो ये यूज किया सी दैट आई नो यू आर अ विम्प। विम्प का मतलब अंग्रेजी का लफ्ज है कि ए विम्प हुंदा है कमजोर इंसान जी, अ वीक पर्सन जिहड़ा अधी गल ते खड़दा नहीं खड़दा नहीं। केजरीवाल केजरीवाल साहब की एक हिस्ट्री है कि एना ते मानहानि का केस पहला भी दायर होया वे जी, एना ने माफी मंगी, एना ने ये कहता कि जी मेरे को फैक्ट नहीं सी ते मैं माफी मांगना ते ए कोर्ट च अमृतसर जा लुधियाना जिथे भी माफी। पर मैं केजरीवाल साहब नूं कहना कि ਤੁਸੀਂ ਇੱਕ ਰਿਸਪੋਂਸੀਬਲ ਲੀਡਰ ਹੋ, ਮੁੱਖ ਮੰਤਰੀ ਹੋ ਇੱਕ ਸਟੇਟ ਦੇ, ਕੋਈ ਵੀ ਬਿਆਨ ਦੇਣਾ ਤੁਸੀਂ ਪਹਿਲਾਂ ਫੈਕਟਸ ਅਸਰਟਨ ਕਰੋ, ਪਤਾ ਕਰੋ ਵੀ ਜੋ ਮੈਂ ਕਹਿ ਰਹੇ ਸਹੀ ਹੈ ਕਿ ਨਹੀਂ। ਕਿਸੇ ਵੀ ਲੀਡਰ ਨੂੰ ਕੰਨਾਂ ਦੇ ਕੱਚੇ ਨਹੀਂ ਹੋਣਾ ਚਾਹੀਦਾ ਇੱਥੇ ਆ ਕੇ ਬੋਲ ਕੇ, ਤੇ ਮੈਂ ਵੀ ਹੁਣ ਇਹਨਾਂ ਨੂੰ ਬਠਿੰਡੇ ਦੇ ਕਚਹਿਰੀਆਂ ਦੀਆਂ ਪੌੜੀਆਂ ਦਿਖਾ ਦਊਂਗਾ ਜੀ, ਤੇ ਮੈਂ ਇਹਨਾਂ ਦੀ ਮਾਫ਼ੀ ਮਨਜ਼ੂਰ ਨਹੀਂ ਕਰਨੀ। ਮਾਫ਼ੀ ਤਾਂ ਮੈਨੂੰ ਲੱਗਦਾ ਜੇਬ 'ਚ ਪਾਈ ਬੈਠੇ ਹੋਣੇ ਆ, ਤੇ ਇਹ ਮੈਂ ਮਨਜ਼ੂਰ ਨਹੀਂ ਕਰਨੀ ਤੇ ਹੁਣ ਇਹਨਾਂ ਨੂੰ ਕਚਹਿਰੀਆਂ ਤਾਂ ਆਉਣਾ ਹੀ ਪੈਣਾ। ਅੱਛਾ, ਦੂਸਰੀ ਗੱਲ ਜਿਹੜੀ ਇਹਨਾਂ ਨੇ ਖਾਸ ਤੌਰ 'ਤੇ ਵਪਾਰੀਆਂ ਨਾਲ ਬੋਲਦੇ ਗੱਲ ਕਹੀ ਹੈ ਕਿ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਹੈ, ਵਪਾਰੀਆਂ ਦੀ ਹੋਰ ਹੈ, ਕਿ ਮੈਂ ਜਦੋਂ ਆ ਕੇ ਜਿਵੇਂ ਕੱਲ੍ਹ ਕਿਸਾਨਾਂ ਦੇ ਕਹਿੰਦੇ ਸੀ ਵੀ ਜਿਵੇਂ ਸ਼ਿਓਰ ਸ਼ੋਰਟੀ ਹੈ ਵੀ ਇੱਕ ਜਿਹੜੀ ਅਪ੍ਰੈਲ ਨੂੰ ਅਸੀਂ ਗੱਦੀ 'ਤੇ ਬਹਿ ਜਾਵਾਂਗੇ ਅਤੇ ਉਦੋਂ ਬਾਅਦ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ। ਇਹੋ ਜਿਹੀ ਕਿਹੜੀ ਗਿੱਦੜ ਸਿੰਘੀ ਹੈ ਵੀ ਜਿਹੜੀ ਅੱਜ ਵਪਾਰੀਆਂ ਨਾਲ ਵੀ ਗੱਲ ਕਰਕੇ ਗਈ, ਤੁਹਾਡੇ ਸਾਰੇ ਦੁੱਖ ਦੂਰ ਕਰ ਦੂੰਗਾ, ਤੁਹਾਡੀ ਸਰਕਾਰ 'ਚੋਂ ਇੰਨੇ ਕਿੰਨੇ ਕੁ ਦੁਖੀ ਹੈ? ਹੁਣ ਤੁਸੀਂ ਧਿਆਨ ਪਹਿਲੀ ਗੱਲ ਇਹ ਦੇਖੋ ਵੀ ਉਸ ਫੋਟੋਗ੍ਰਾਫ ਦੇ ਵਿੱਚ ਕਿੰਨੇ ਤਾਂ ਵਪਾਰੀ ਸੀ ਜੀ, ਕਿੰਨੇ ਆਮ ਆਦਮੀ ਦੇ ਵਰਕਰ ਸੀ। ਇਹਨਾਂ ਨੇ ਬਾਗੇ ਪੁਰਾਣੇ ਤੱਕ ਫੋਨ ਕੀਤਾ ਕਿ ਪਲੀਜ਼ ਇੱਥੇ ਮੀਟਿੰਗ ਦੇ ਆਓ, ਸਾਡੇ ਤੋਂ ਇਕੱਠ ਨਹੀਂ ਹੋ ਰਿਹਾ। ਵਰਕਰ ਪਿਛਲੀ ਲਾਈਨ ਸਾਰੀ ਇਹਨਾਂ ਦੇ ਵਰਕਰਾਂ ਦੇ ਨਾਲ ਭਰੀ ਹੋਈ ਹੈ ਜੀ, ਤੇ ਚਲੋ ਮੈਂ ਕਹਿੰਦਾ ਵਰਕਰ ਹੋਣ, ਵਪਾਰੀ ਜਿਹੜੇ ਵੀ ਵਪਾਰੀ ਆਏ ਜਿੰਨੇ ਵੀ ਆਏ, ਮੈਂ ਕਹਿੰਦਾ ਸਾਰੇ ਵਪਾਰੀ ਸੀ। ਕੁਐਸਚਨ ਕੀ ਹੈ ਕਿ ਇਹਨਾਂ ਨੇ ਕਿਹਾ ਜੀ ਇੱਥੇ ਸਨੈਚਿੰਗ ਹੁੰਦੀ ਹੈ ਜੀ, ਚਾਰ ਸਨੈਚਿੰਗ ਹੋ ਗਈਆਂ ਕਿ ਚਾਰ ਮਰਡਰ ਹੋ ਗਏ। ਤੁਸੀਂ ਅੱਜ ਦਾ ਅਖਬਾਰ ਲੋਕਲ ਨਿਊਜ਼ ਚੰਡੀਗੜ੍ਹ ਖੋਲ ਲਓ, ਲੋਕਲ ਨਿਊਜ਼ ਮੈਂ ਦਿੱਲੀ ਦੀ ਗੂਗਲ ਕਰ ਲਓ, ਤੇ ਤੁਹਾਨੂੰ 10-10-15-15 ਕੇਸ ਸਨੈਚਿੰਗ ਦੇ ਉਹਦੇ ਚ ਆਉਣਗੇ। ਹਾਂਜੀ, ਇਹ ਕੋਈ ਇਟ ਇਜ਼ ਨਾਟ ਬਠਿੰਡਾ ਸੈਂਟ੍ਰਿਕ, ਇਕੱਲਾ ਬਠਿੰਡਾ ਚ ਹੀ ਸਨੈਚਿੰਗ ਹੁੰਦੀ ਹੈ, ਬਾਕੀ ਤਾਂ ਸਾਰਾ ਹਿੰਦੁਸਤਾਨ ਹੈ ਸਨੈਚਿੰਗ ਫ੍ਰੀ ਜਾਂ ਦਿੱਲੀ ਸਨੈਚਿੰਗ ਫ੍ਰੀ। ਜਿੰਨਾ ਲਾਅ ਐਂਡ ਆਰਡਰ ਦਾ ਦਿੱਲੀ ਦਾ ਮਾੜਾ ਹਾਲ ਹੈ ਜੀ, ਕਿਸੇ ਇਹ ਤਾਂ ਮਸ਼ਹੂਰ ਹੈ ਕਿ ਵਿਮੈਨ ਕਹਿੰਦੇ ਇਟ ਇਜ਼ ਨੋਨ ਐਜ਼ ਦਾ ਰੇਪ ਕੈਪੀਟਲ ਆਫ ਦਾ ਵਰਲਡ, ਵਿਮੈਨ ਆਰ ਨਾਟ ਸੇਫ ਇਨ ਦਿਸ ਥਿੰਗ। ਤੁਸੀਂ ਮੈਨੂੰ ਬਠਿੰਡਾ ਚ ਇਹ ਦੱਸੋ ਵੀ ਕਿਹੜੇ ਵਪਾਰੀ ਤੇ ਕਿਹੜਾ, ਤਾਂ ਇੱਥੇ ਕੋਈ ਇੰਸਪੈਕਟਰ ਰਾਜ ਲੱਗਿਆ, ਕਿਹੜੇ ਵਪਾਰੀ ਨੂੰ ਜ਼ਲੀਲ ਕੀਤਾ ਗਿਆ, ਕਿਹੜੇ ਵਪਾਰੀ ਨੂੰ ਕਿਸੇ ਨੂੰ ਤੰਗ ਕੀਤਾ ਗਿਆ, ਇਹ ਦੱਸਣ ਤਾਂ ਸਹੀ ਨਾ, ਕੋਈ ਫੈਕਟਸ ਦੇਣ ਕਿ ਜੀ ਫਲਾਨਾ ਕੇਸ ਹੈ ਸਾਡੇ ਕੋਲ, ਥਾਣੇ ਵਿੱਚ ਫਲਾਨਾ ਕੇਸ ਆਇਆ, ਉਸ ਥਾਣੇ ਤੇ ਕੋਈ ਪੋਲੀਟੀਕਲ ਪ੍ਰੈਸ਼ਰ ਪੈ ਕੇ ਤੇ ਜੀ ਕੇਸ ਵਾਪਸ ਦਿੱਤਾ ਗਿਆ, ਇੱਕ ਵੀ ਦੱਸ ਦੇਣ ਤੇ ਮੈਂ ਦੇਣਦਾਰ ਹੋਊਂਗਾ, ਮੈਂ ਡੈਫਾਮੇਸ਼ਨ ਕੇਸ ਹੀ ਨਹੀਂ ਫਾਈਲ ਕਰਦਾ। ਹੋਰ ਦੱਸੋ ਜੀ। ਪਰ ਚਲੋ ਇਹਨਾਂ ਦੀ ਗੱਲ ਤਾਂ ਵੱਖਰੀ ਹੈ, ਮੇਰੇ ਕੋਲ ਇੱਕ ਪ੍ਰੈਸ ਨੋਟ ਪਿਆ ਸਰੂਪ ਚੰਦ ਸਿੰਗਲਾ ਹੋਰਾਂ ਦਾ,
ਇਹਨਾਂ ਨੇ ਪਹਿਲਾਂ ਵੀ ਤੁਹਾਡੇ ਦੇ ਉੱਤੇ ਇਲਜ਼ਾਮ ਲਾਏ ਸੀਗੇ ਜਦੋਂ ਇੱਕ ਗੋਲੀ ਚੱਲੀ ਸੀ ਕਿਸੇ ਵਪਾਰੀ ਤੋਂ ਪੈਸਾ ਲੈਣ ਆਏ ਸੀ ਉੱਥੇ ਉਹਨਾਂ ਦੇ ਘਰ ਅੱਗੇ ਅੱਗ ਉੱਗ ਵੀ ਲਾ ਗਏ ਸੀਗੇ ਉਦੋਂ ਵੀ ਕਿਹਾ ਕਿ ਵਿਅਕਤੀ ਜਿਹੜਾ ਹੈਗਾ ਜੀ ਚਿੰਟੂ ਕੇ ਕੀ ਨਾਂ ਉਹਦਾ ਉਹ ਤੁਹਾਡਾ ਬੜਾ ਨਜ਼ਦੀਕੀ ਹੈ ਅੱਜ ਕਹਿੰਦੇ ਨੇ ਜੀ ਕਰੋੜਾਂ ਰੁਪਏ ਦੀ ਲੱਖ ਡੇਢ ਲੱਖ ਰੁਪਏ ਗਜ ਦੀ ਜਗ੍ਹਾ ਜਿਹੜੀ ਕਮਰਸ਼ੀਅਲ ਸੀ ਉਹਨੂੰ ਕਨਵਰਟ ਕਰਾ ਕੇ 1500 ਗਜ ਮੰਤਰੀ ਜੀ ਨੇ ਨੀਂਹ ਪੱਥਰ ਖਵਾ ਲਿਆ ਆਪਣੇ ਕੀ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਤੋਂ ਕਹਿੰਦੇ ਪਏ ਸੀ ਇਹ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਦੇਖੋ ਜਿਹੜੇ ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਉਹ ਲੱਕੀ ਮੰਗਲੇ ਦਾ ਘਰ ਸੀ ਲੱਕੀ ਮੰਗਲੇ ਦਾ ਕਿਸੇ ਨੂੰ ਕੋਈ ਗੈਂਗਸਟਰ ਨੇ ਉਹਨੂੰ ਪ੍ਰੋਪਰਟੀ ਬਾਰੇ ਫੋਨ ਕਰਤਾ ਉਹਦੇ ਘਰੇ ਕੋਈ ਬੰਦੇ ਭੇਜਤੇ ਉੱਥੇ ਪਹਿਲਾਂ ਇਹ ਲੱਕੀ ਨੂੰ ਫੋਨ ਤੇ ਪੁੱਛੋ ਕਿ ਸਭ ਤੋਂ ਪਹਿਲਾਂ ਦੇ ਘਰੇ ਕੌਣ ਪਹੁੰਚਿਆ ਰਾਤ ਨੂੰ 11 ਵਜੇ ਮੈਂ ਉੱਥੇ ਗਿਆ ਸੀ ਖੁਦ ਡਰਾਈਵ ਕਰਕੇ ਮੈਂ ਉਹਦੇ ਘਰੇ ਪਹੁੰਚਿਆ ਸੀ ਉਹਦੇ ਪਰਿਵਾਰ ਨਾਲ ਬੈਠਾ ਪੁਲਿਸ ਨੂੰ ਫੋਨ ਕਰਕੇ ਮੈਂ ਹੀ ਉੱਥੇ ਬੁਲਾਇਆ ਸੀਗਾ ਜੀ ਕੋਈ ਜ਼ਿਆਦਾ ਮੈਂ ਨਹੀਂ ਕਰ ਰਿਹਾ ਪਰ ਲੱਕੀ ਨਾਲ ਮੇਰੇ ਲੱਕੀ ਮੇਰਾ ਦੋਸਤ ਹੈ ਲੱਕੀ ਨੂੰ ਮਿਲਦਾ ਰਹਿੰਦਾ ਫਿਰ ਉਹਦੇ ਚ ਇਹ ਆਇਆ ਉਹਨੇ ਉੱਥੇ ਬਿਆਨ ਕਰਦੇ ਉਹ ਕਹਿੰਦਾ ਜੀ ਵੀ ਇੱਥੇ ਜਿਹੜਾ ਚਿੰਕੀ ਹੈ ਜਿਹੜਾ ਕੋਈ ਸਾਡੇ ਮੇਅਰ ਦੇ ਨਾਲ ਕੋਈ ਉਹਦੀ ਹੈ ਕੋਈ ਦੋਸਤੀ ਕੋਈ 8-9 ਮਹੀਨੇ ਦੀ ਉਹ ਇਨਵੋਲਵਡ ਹੈ ਸਾਰੀ ਪੁਲਿਸ ਉੱਥੇ ਬੈਠੇ ਸੀ ਮੈਂ ਕਿਹਾ ਨਾਮ ਲਿਖੋ ਉੱਥੇ ਐਫ ਐਮ ਸਾਹਿਬ ਦਾ ਫੋਨ ਆਇਆ ਕਹਿੰਦੇ ਚਾਹੇ ਜਿਹੜਾ ਮਰਜ਼ੀ ਬੰਦਾ ਹੋਵੇ ਉਹਦਾ ਨਾਮ ਵਿੱਚ ਕਰੋ ਤੇ ਪਰਚਾ ਦਰਜ ਕਰੋ ਜਿਆਦਾ ਹੋਵੇ ਨਾ ਕੁਛ ਘੰਟੇ ਗੈਪ ਪੈ ਗਿਆ ਹੋਵੇ ਉਹਦੇ ਬਿਆਨਾਂ ਤੋਂ ਬਾਅਦ ਕੁਛ ਦਿਨ ਦਾ ਗੈਪ ਪੈ ਗਿਆ ਹੋਵੇ ਕੋਈ ਪੋਲੀਟੀਕਲ ਪ੍ਰੈਸ਼ਰ ਸਵੇਰੇ 7 ਵਜੇ ਦੇ ਘਰੇ ਰੇਡ ਪੈ ਗਈ ਸੀ ਉਹਨੂੰ ਅਰੈਸਟ ਕਰ ਲਿਆ ਸੀ ਅਰੈਸਟ ਕਰਕੇ ਜੇਲ ਭੇਜਤਾ ਹੁਣ ਤੁਸੀਂ ਇਹ ਦੱਸੋ ਵੀ ਇਹਦੇ ਚ ਕੀ ਪੋਲੀਟੀਕਲ ਇਨਵੋਲਵਮੈਂਟ ਹੈਗੀ ਹੈ ਨੰਬਰ 1 ਉਸੇ ਚਿੰਕੀ ਨਾਲ 12 ਸਪਟੈਂਬਰ ਨੂੰ 12 ਅਗਸਤ ਨੂੰ ਸਰੂਪ ਚੰਦ ਸਿੰਗਲਾ ਜੀ ਡਰਿੰਕ ਪੀ ਕੇ ਜੱਫੀਆਂ ਪਾ ਕੇ ਉਹਨਾਂ ਫੋਟੋਗ੍ਰਾਫ ਲੈ ਰਹੇ ਤੇ ਇਹ ਗਲਤ ਗੱਲ ਹੈ ਚਲੋ ਚਲੋ ਜੋ ਵੀ ਹੈ ਬਾਕੀ ਪਲਾਟ ਦੀ ਗੱਲ ਰਹੀ ਇਹਨਾਂ ਨੇ ਕਹਿ ਤਾ ਕਿ ਜੀ ਇਹਨਾਂ ਨੇ ਕਮਰਸ਼ੀਅਲ ਜਿਹੜੀ ਜਗ੍ਹਾ ਸੀ ਉਹਨੂੰ ਰੈਜੀਡੈਂਸ਼ੀਅਲ ਕਨਵਰਟ ਕਰ ਲਿਆ ਕਿਉਂਕਿ ਇਹਨਾਂ ਨੇ ਕਾਗਜ਼ ਨੀ ਖਰੋਲੇ ਇਹ ਐਪਲੀਕੇਸ਼ਨ ਇਹਨਾਂ ਨੇ ਆਪ ਮੂਵ ਕੀਤੀ ਸੀ 2005-06 ਵਿੱਚ 2012 ਵਿੱਚ ਅਪਰੂਵ ਹੋਈ 2013 ਵਿੱਚ ਸੈਂਕਸ਼ਨ ਹੋ ਕੇ ਇਹਨੂੰ ਕਮਰਸ਼ੀਅਲ ਟੂ ਰੈਜੀਡੈਂਸ਼ੀਅਲ ਇਹਨਾਂ ਦੀ ਆਪ ਦੀ ਅਕਾਲੀ ਦਲ ਦੀ ਸਰਕਾਰ ਨੇ ਇਹ ਕਿਹਾ ਸੀ ਕਿ ਸਾਡੇ ਤੋਂ ਜਗ੍ਹਾ ਵਿਕ ਨੀ ਰਹੀ ਅੱਛਾ ਜੀ ਇਸ ਕਰਕੇ ਇਹਨੂੰ ਕੀ ਕਰਿਆ ਫੇਰ ਕੀ ਹੋਇਆ ਜੀ ਉਸੇ ਗਲੀ ਜੀਤਮਿੰਦਰ ਸਿੱਧੂ ਰਹਿੰਦਾ ਜੀ ਤੇ ਜਨਮੇਜਾ ਸੇਖੋਂ ਰਹਿੰਦੇ ਜੀ ਇਹਨਾਂ ਨੇ ਉੱਥੇ ਪਾਰਕਿੰਗ ਬਣਾ ਲਈ ਵੀ ਜਿਹੜੇ ਲੋਕ ਸਾਡੇ ਘਰੇ ਆਉਣਗੇ ਇੱਥੇ ਪਾਰਕਿੰਗ ਕਰ ਲਿਆ ਕਰੇ ਇਹ ਇਲੀਗਲ ਹੁੰਦਾ ਕਿ ਉਹਨਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਜੀ ਪਲਾਟ ਤੁਸੀਂ ਪਾਰਕਿੰਗ ਨੀ ਬਣਾ ਸਕਦੇ ਪਬਲਿਕ ਉਸੇ ਪਲਾਟ ਦੇ ਸਾਹਮਣੇ ਇੱਕ ਪਬਲਿਕ ਪਾਰਕ ਹੈ ਜਿਹੜਾ ਇਸ ਵੇਲੇ ਵੀ ਐਸ ਵੀ ਸਪੀਕ ਜੀ ਉੱਥੇ ਜੀਤਮਿੰਦਰ ਸਿੱਧੂ ਨੇ ਕਾਰ ਪਾਰਕਿੰਗ ਲਾਟ ਤੇ ਕਾਰਾਂ ਨੂੰ ਧੋਣ ਤੇ ਜਨਰੇਟਰ ਰੱਖ ਕੇ ਇਲੀਗਲ ਪੋਜੈਸ਼ਨ ਕੀਤੀ ਹੋਈ ਹੈ ਅੱਛਾ ਜੀ ਇਹਦੀ ਪ੍ਰੋਪਰ ਰੈਜੀਡੈਂਸ਼ੀਅਲ ਪਲਾਟਸ ਦੀ ਆਕਸ਼ਨ ਹੋਈ ਜੀ ਪ੍ਰੋਪਰ ਅਖਬਾਰਾਂ ਚ ਆਇਆ ਜੀ ਟ੍ਰਿਬਿਊਨ ਦੈਨਿਕ ਭਾਸਕਰ ਦੈਨਿਕ ਜਾਗਰਣ ਜਗਬਾਣੀ ਸਾਰਿਆਂ ਚ ਐਡਸ ਆਈਆਂ ਪੂਡਾ ਦੇ ਦਫ਼ਤਰ ਵਿੱਚ ਹੋਇਆ ਜੀ ਉਹਦੀ ਨਿਲਾਮੀ ਹੋਈ 30,000 ਰੁਪਏ ਗਜ ਤੇ ਇਹ ਪਲਾਟ ਵਿਕਿਆ ਦਾਨੇਵਾਲੀਆ ਸਾਹਿਬ ਤੁਸੀਂ ਅੱਜ ਗ੍ਰੀਨ ਸਿਟੀ ਇਜ਼ ਦਾ ਬੈਸਟ ਕਾਲੋਨੀ ਆਪਾਂ ਬੈਸਟ ਕਾਲੋਨੀ ਗ੍ਰੀਨ ਸਿਟੀ ਨੂੰ ਮੰਨਦੇ ਹਾਂ ਬਿਲਕੁਲ ਜੀ ਬਠਿੰਡੇ ਚ ਉਹਦਾ ਰੇਟ ਕੀ ਹੈ ਜੀ ਅੱਜ 30,000 ਰੁਪਏ ਹਾਂਜੀ ਇਹ ਕਹਿੰਦਾ ਕਿ 1.5 ਲੱਖ ਦਾ ਮੈਂ ਤਾਂ ਸਿੰਗਲਾ ਸਾਹਿਬ ਨੂੰ ਕਹਿੰਦਾ ਕਿ 30,000 ਵਿੱਚ ਸਾਡੇ ਤੋਂ ਹੀ ਲੈ ਲੈ 30,000 ਚ ਹੀ ਲੈ ਲਓ ਠੀਕ ਹੈ ਅਸੀਂ ਤੱਕ ਭੂਮੀ ਪੂਜਨ ਕਿਤੇ ਹੋਰ ਕਰ ਲਾਂਗੇ ਜਾ ਕੇ ਇਹ ਸਾਡੇ ਤੋਂ ਹੀ ਲੈ ਲੈ ਇਹਨੂੰ ਖੁੱਲੀ ਛੁੱਟੀ ਹੈ ਜੀ ਵਿਦਆਊਟ ਐਨ ਉਹੀ ਗੱਲ ਨਾ ਜੀ ਵਿਦਆਊਟ ਐਨੀ ਫੈਕਟ ਜੀ ਇਹ ਬਿਆਨ ਕਰਦੇ ਇਹ ਐਮ ਸੀ ਇਲੈਕਸ਼ਨਾਂ ਤੱਕ ਇਹ ਢੰਡੋਰਾ ਪਿੱਟਤਾ ਬੀਬਾ ਨੇ ਹਰਸਿਮਰਤ ਨੇ ਸੁਖਬੀਰ ਨੇ ਜੋ ਟੈਗ ਇਹ ਬੋਲੀ ਗਿਆ ਇੱਥੇ ਆਹ ਹੁੰਦਾ ਤੇ ਜ਼ਮਾਨਤਾਂ ਜ਼ਬਤ ਹੋ ਗਈਆਂ ਇਹਨਾਂ ਦੀਆਂ ਦੇ ਝਾੜੂ ਵਾਲਿਆਂ ਦੇ ਵੀ ਜੀ ਪਹਿਲੀ 53 ਸਾਲਾਂ ਚ ਪਹਿਲੀ ਵਾਰ ਕਾਂਗਰਸ ਦੇ ਇੱਥੇ ਕੋਆਪਰੇਸ਼ਨ ਬਣੀ ਜੀ ਜੇ ਅਸੀਂ ਇੰਨੇ ਹੀ ਮਾੜੇ ਸੀ ਮਨਪ੍ਰੀਤ ਬਾਦਲ ਜੀ ਉਹ ਮਨਪ੍ਰੀਤ ਬਾਦਲ ਦਾ ਰਿਸ਼ਤੇਦਾਰ ਇੰਨਾ ਮਾੜਾ ਸੀ ਵੀ ਸਾਡੇ ਸਾਰਿਆਂ ਦੀ ਜ਼ਮਾਨਤ ਜ਼ਬਤ ਹੁੰਦੀ ਹੈ ਜੀ ਸੋ ਇੱਥੇ ਕੰਮ ਚੱਲ ਰਿਹਾ ਜੀ ਮੈਂ ਕਹਿੰਦਾ ਕਾਂਗਰਸ ਦੇ ਵਰਕਰ ਮੇਰੇ ਤੇ ਕੋਈ ਇਲਜ਼ਾਮ ਲਾਉਣ ਕਾਂਗਰਸ ਦੇ ਲੀਡਰ ਮੇਰੇ ਤੇ ਇਲਜ਼ਾਮ ਲਾਉਣ ਫਿਰ ਸਾਡਾ ਦਿਲ ਬਹੁਤ ਦੁਖੂਗਾ ਪਰ ਇਹ ਵੀ ਚਰਚਾਵਾਂ ਨੇ ਨਾ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਗਏ ਨੇ ਜਗਰੂਪ ਸਿੰਘ ਗਿੱਲ ਹੋਰੀ ਉਹਨਾਂ ਨੇ ਵੀ ਤੁਹਾਡੇ ਦੇ ਉੱਤੇ ਕਾਫੀ ਜਿਹੜੀ ਹੈ ਤੀਰ ਛੱਡੇ ਨੇ ਉਹ ਕਹਿੰਦੇ ਵੀ ਮੈਨੂੰ ਤਾਂ ਦੁਖੀ ਕਰ ਮਾਰਿਆ ਇਹਨਾਂ ਨੇ ਦੋਵਾਂ ਰਿਸ਼ਤੇਦਾਰਾਂ ਨੇ ਜਗਰੂਪ ਸਿੰਘ ਗਿੱਲ ਨੂੰ ਜਿੰਨਾ ਮਾਣ ਕਾਂਗਰਸ ਪਾਰਟੀ ਨੇ ਦਿੱਤਾ ਜਗਰੂਪ ਸਿੰਘ ਗਿੱਲ ਜਿਸ ਦਿਨ ਦੀ 2017-18 ਇੱਕ ਸ਼ਖਸ ਸੀ ਜਿਹਦੇ ਬਗੈਰ ਐਪਲੀਕੇਸ਼ਨ ਤੋਂ ਬਦਲੀ ਹੁੰਦੀ ਸੀ ਫੋਨ ਤੇ ਕੰਮ ਹੁੰਦਾ ਸੀ ਐਫ ਐਮ ਸਾਹਿਬ ਦੀ ਇੰਨੀ ਇੱਜ਼ਤ ਕਰਦੇ ਸੀ ਜਗਰੂਪ ਸਿੰਘ ਗਿੱਲ ਇੱਕ ਇਹੋ ਜਿਹਾ ਸ਼ਖਸ ਹੈ ਜਿਹਦੇ ਨਾਂ ਜੱਸੀ ਨਾਲ ਬਣੀ ਨਾ ਸੁਰਿੰਦਰ ਸਿੰਗਲਾ ਜੀ ਨਾਲ ਬਣੀ ਨਾ ਸੁਰਿੰਦਰ ਕਪੂਰ ਨਾਲ ਹਰ ਇੱਕ ਲੀਡਰ ਨੂੰ ਇਹਨੇ ਇਹ ਠਿੱਠ ਕਰਦਾ ਸੀ ਜੀ ਇਹ ਆਪਦੇ ਆਪ ਨੂੰ ਹੀ ਥਿੰਕਸ ਹੀ ਇਜ਼ ਅਬਵ ਆਲ ਜੀ
ਇਸ ਦਾ ਬਿਗੇਸਟ ਸਭ ਤੋਂ ਵੱਡਾ ਲੈਂਡ ਕੋਲੋਨਾਈਜ਼ਰ ਜੇ ਇੱਥੇ ਇਹ ਅੱਜ ਤੋਂ 40 ਸਾਲ ਪਹਿਲਾਂ ਆਮ ਆਦਮੀ ਸੀਗਾ ਦਾਨੇ ਵਾਲਿਆ ਸਾਹਿਬ ਅਮਰੀਕ ਸਿੰਘ ਰੋਡ ਤੇ ਆ ਕੇ ਇਹ ਦੋਨੋਂ ਇਹਦੀ ਭੈਣ ਦੇ ਇਹਨਾਂ ਨੇ ਇੱਕ ਛੋਟਾ ਜਿਹਾ ਕਮਰਾ ਕਿਰਾਏ ਤੇ ਦਿੱਤਾ ਤੇ ਉਦੋਂ ਸਧਾਰਨ ਬੰਦਾ ਸੀ ਇਲੈਕਸ਼ਨ ਲੜਿਆ ਪ੍ਰਧਾਨ ਬਣ ਗਿਆ ਜੀ ਫੇਰਾ ਫੇਰੀ ਨਾਲ ਧੋਖਾ ਦੇ ਕੇ ਇਹ ਪ੍ਰਧਾਨ ਬਣ ਗਿਆ ਕਮੇਟੀ ਦਾ ਉਸ ਤੋਂ ਬਾਅਦ ਅੱਜ ਤੱਕ ਇਹ ਤਿੰਨ ਵਾਰ ਇਹਨੇ ਚੇਅਰਮੈਨ ਨਹੀਂ ਬਣੇ ਆ ਜੇਲ ਸਾਹਿਬ ਇੱਕ ਕਮਰੇ ਚ ਰਹਿੰਦਾ ਹੋਇਆ ਬੰਦਾ 30 ਸਾਲਾਂ ਚ 200 ਕਰੋੜ ਦੀ ਜਾਇਦਾਦ ਕਿਵੇਂ ਬਣਾ ਦੇ ਕੋਈ ਫੈਕਟਰੀ ਨੀ ਇਹਨਾਂ ਦੀ ਜੀ ਕੋਈ ਹੋਰ ਕੁਛ ਨੀ ਹੈਗਾ ਤੇ ਗਿੱਲ ਸਾਹਿਬ ਦੀ ਇਹ ਖਾਸੀਅਤ ਹੈ ਕਿ ਜਿਹੜਾ ਬੰਦਾ ਇਹਨਾਂ ਨਾਲ ਕਿਸੇ ਵਪਾਰ ਚ ਪੈ ਜਾਂਦਾ ਉਹ ਫਿਰ ਵੋਟ ਨੀ ਇਹਨਾਂ ਨੂੰ ਪਾਉਂਦਾ ਅੱਛਾ ਜੀ ਫਿਰ ਜਾਂ ਗਿੱਲ ਸਾਹਿਬ ਉਸੇ ਵਾਰਡ ਚ ਇਲੈਕਸ਼ਨ ਲੜੇ ਹੋਣ 4-5 ਵਾਲਾ ਆਏ ਵਾਰ ਦਾ ਵਾਰਡ ਬਦਲ ਲੈਂਦੇ ਅੱਛਾ ਜੀ ਆਏ ਵਾਰ ਲੇਡੀ ਰਿਜ਼ਰਵ ਹੋ ਜਾਂਦਾ ਜਾਂ ਉਹਦੀ ਤੋੜ ਭੰਨ ਹੋ ਜਾਂਦੀ ਹੈ ਫਿਰ ਕੋਈ ਇਹੋ ਜਿਹਾ ਇਲਾਕਾ ਨੀ ਜਿੱਥੇ ਡਿਸਪਿਊਟਡ ਪ੍ਰਾਪਰਟੀ ਗਿੱਲ ਸਾਹਿਬ ਦਾ ਹਿੱਸਾ ਨਾ ਹੋਵੇ ਅੱਛਾ ਜੀ ਕੇਜਰੀਵਾਲ ਸਾਹਿਬ ਨੂੰ ਕਹੋ ਕਿ ਜਿਹੜਾ ਤੁਹਾਡੇ ਨਾਲ ਬੰਦਾ ਬੈਠਾ ਇਹ ਆਮ ਆਦਮੀ ਨੀ ਇਹ ਬੜਾ ਖਾਸ ਆਦਮੀ ਹੈ ਜੀ ਉਹ ਕਹਿੰਦੇ ਸੀ ਮੈਂ ਤਾਂ ਸੇਵਾ ਕਰਨੀ ਫਿਰ ਕਾਂਗਰਸ ਹੀ ਕਰ ਲੈਂਦੇ ਇਹ ਮਤਲਬ ਮੇਅਰ ਨੀ ਤੁਹਾਨੂੰ ਬਣਾਇਆ ਤੁਸੀਂ ਪਾਰਟੀ ਛੱਡ ਦਿਓਗੇ ਤੁਸੀਂ ਅਹੁਦੇ ਤੇ ਭੁੱਖੇ ਹੋ ਕਿਉਂਕਿ ਮੇਅਰ ਤੇ ਵੀ ਉਂਗਲਾ ਕਾਫੀ ਚੁੱਕ ਰਹੇ ਨੇ ਕਿ ਪੈਸਾ ਲੈ ਕੇ ਮੇਅਰ ਨੂੰ ਮੇਅਰ ਬਣਾ ਲਿਆ ਮੇਅਰ ਨੂੰ ਮੇਅਰ ਦੇ ਘਰ ਚਲੇ ਜਾਓ 200 ਗਜ ਦੀ ਕੋਠੀ ਚ ਰਹਿੰਦਾ ਹੈ ਜੀ ਸਾਰਾ ਹੀ ਪ੍ਰਾਪਰਟੀ ਵੀ ਵੇਚ ਲਓ ਜੇ ਉਹਨੇ 200 ਗਜ ਵਾਲਾ ਕਿੱਥੋਂ 6 ਕਰੋੜ ਦੇ ਇਹ ਤਾਂ ਦੇਖੋ ਜਿਹੜੇ ਵੀ ਦੀਪੇ ਨੂੰ ਜਾਣਦੇ ਆ ਸੰਦੀਪ ਨੂੰ ਹਾਂਜੀ ਜਿੰਨੇ ਵੀ ਸ਼ਹਿਰ ਦੇ ਮੈਂ ਕਹਿੰਦਾ ਉਹਨੂੰ 100 ਬੰਦਾ ਜਾਣਦਾ ਤੇ 100 ਬੰਦਾ ਨੀ ਮੈਂ ਕਹਿੰਦਾ ਉਹ ਚ 5 ਬੰਦੇ ਕਹਿ ਦੇਣ ਜੀ 5 ਬੰਦੇ ਓਪਨ ਹੈ ਚੈਲੰਜ ਸਾਰਿਆਂ ਨੂੰ ਜੀ ਕਿ ਦੀਪਾ ਪੈਸੇ ਦੇਣ ਦੀ ਸਮਰਥਾ ਰੱਖਦਾ ਤੇ ਮੈਂ FM ਸਾਹਿਬ ਤੋਂ ਅਸਤੀਫਾ ਦਵਾ ਕਹਿ ਦਾਂਗੇ ਬਾਈ ਜੀ ਆਪਣਾ ਹੱਕ ਨੀ ਮੰਨਦਾ ਆਪਾਂ ਹੁਣ ਇੱਥੇ ਇਲੈਕਸ਼ਨ ਆ ਰਹੀ ਜੀ ਜੀ 5 ਬੰਦੇ ਮੈਂ ਕਹਿ ਰਿਹਾ 5 ਬੰਦੇ ਜਿਹੜੇ ਉਹਨੂੰ ਜਾਣਦੇ ਜਿਹੜੇ ਦੋਸਤ ਨੇ ਉਹਦੇ ਪਾਰਟਨਰ ਰਹੇ ਆ ਜੀ ਜੀ ਕਿ ਵੀ ਇਹਦੇ ਚ ਇੰਨੀ ਸਮਰਥਾ ਹੈਗੀ ਆ ਐਵੇਂ ਬਿਆਨ ਦੇਈ ਜਾਣੇ ਜੀ ਉਹ ਤਾਂ ਗਲਤ ਗੱਲ ਤੇ ਹੁਣ ਪੱਕਾ ਮਾਨ ਹੈ ਕਿ ਕੇਸ ਕਰਨਾ ਤੇ ਮਾਫੀ ਨਹੀਂ ਮੰਨਣੀ ਮੰਡੇ ਸੋਮਵਾਰ ਜੀ ਸੋਮਵਾਰ ਦਾ ਨਿਆਣੇ ਸਾਹਿਬ ਠੀਕ ਹੈ ਜੀ ਮਿਹਰਬਾਨੀ ਜੀ ਪੱਕਾ ਕਰਾਂਗੇ ਠੀਕ ਹੈ ਸੋ ਇਹ ਸੰਜੈਜੀਤ ਸਿੰਘ ਜੀ ਜੌਲਹੋਲੀ ਤੇ ਹੁਣ ਸਾਡੇ ਪੱਤਰਕਾਰ ਸਾਹਿਬਾਨ ਨਾਲ ਅੱਗੇ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।